ट्यूब प्रोपेलर। तो ग्रीवर की हुई टूथपेस्ट ट्यूब कैंची सेलोटेप स्ट्रॉ। ਪੁਰਾਣੀ ਵਰਤੀ ਹੋਈ ਟੁੱਟੇ ਟਿਊਬ ਨੂੰ ਮੂੰਹ ਕੋਲੋਂ ਕੱਟ ਦਿਓ। ਇਸ ਨੂੰ ਅੰਦਰੋਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਦਿਓ। ਇਸ 'ਤੇ ਇੱਕ ਕ੍ਰੋਸ ਲਗਾ ਕੇ ਮੱਧ ਵਿੱਚੋਂ ਛੇਕ ਕਰੋ। ਖੁੱਲ੍ਹੇ ਹੋਏ ਸਿਰੇ ਨੂੰ ਸੈਲੋ ਟੇਪ ਲਗਾ ਕੇ ਬੰਦ ਕਰ ਦਿਓ। ਫਾਲਤੂ ਸੈਲੋ ਟੇਪ ਨੂੰ ਕੈਂਚੀ ਨਾਲ ਕੱਟ ਦਿਓ। ਹੁਣ ਆਹਮੋ ਸਾਹਮਣੇ ਦੇ ਵਿਰੋਧੀ ਕੋਨਿਆਂ ਨੂੰ ਕੈਂਚੀ ਨਾਲ ਤਿਰਛਾ ਕੱਟ ਲਗਾਓ। ਇਹ ਛੇਕ ਹਵਾ ਨੂੰ ਬਾਹਰ ਕੱਢਣ ਲਈ ਹਨ। ਹੁਣ ਇੱਕ ਸਖ਼ਤ ਟਰਾ ਲਓ ਅਤੇ ਇਸਦੇ ਕਿਨਾਰੇ ਕੋਲੋਂ ਵੀ ਆਕਾਰ ਦੇ ਦੋ ਕੱਟ ਨੇੜੇ ਨੇੜੇ ਲਗਾ ਕੇ ਇੱਕ ਛੇਕ ਕਰੋ। ਇਸ ਸਟਰਾ ਨੂੰ ਟਿਊਬ ਦੇ ਛੇਕ ਵਿੱਚ ਫਸਾ ਕੇ ਇਸ ਨੂੰ ਸਿਰੇ ਤੋਂ ਉਂਗਲੀ ਨਾਲ ਬੰਦ ਕਰ ਦਿਓ। ਦੂਜੇ ਸਿਰੇ ਤੋਂ ਮੂੰਹ ਨਾਲ ਫੂਕ ਮਾਰੋ। ਤੁਹਾਡਾ ਟਿਊਬ ਪ੍ਰੋਪੈਲਰ ਤੇਜ਼ੀ ਨਾਲ